प्रोग्राम सत श्री अकाल देसी गल्लां विच तुहाडा बहुत बहुत स्वागत है। अज असीं गल्लबात करांगे एक अहम रिश्ता, बहुत सुहावना ते बहुत दिलचस्प रिश्ता, ननान भरजाई दा, एक बहुत ही प्यार भरिया जिहदे विच दिलचस्पी भी इन्नी हुंदी है ते प्यार भी बहुत ज़्यादा हुंदा है ते कई बार की है खटास भरिया भी हो जाता है। ते गल्लबात करन लई मेरे नाल ने कीमत ढिल्लों, भैणे प्रोग्राम विच बहुत बहुत स्वागत है। अज आपां गलबात करांगे एक ननान भरजाई दे रिश्ते बारे जी, कि जिहड़ा ननान भरजाई दा रिश्ता हुंदा एक बहुत ही अहम रिश्ता हुंदा जी। जे तां असीं मान लईए तां इहदे विच प्यार बहुत हुंदा तां आपां इहनूं निभा भी बहुत चंगे तरीके नाल सकदे हां, पर जे असीं इहदे विच की आ एक दूजे नाल नोका टोकी करन लग जाइए तां इह रिश्ता जिहड़ा काफ़ी टाइम नहीं चल सकदा जी। ਤੇ ਜੇ ਅਸੀਂ ਇਹਦੇ ਵਿੱਚ ਪਿਆਰ ਇੰਨਾ ਭਰ ਦਈਏ ਤਾਂ ਇੱਕ ਜਿਹੜੀ ਲੜਕੀ ਹੈਗੀ ਹੈ, ਇੱਕ ਨਨਾਣ ਹੈਗੀ ਹੈ, ਉਹਦਾ ਪੇਕਿਆਂ ਨਾਲ ਮੋਹ ਕਦੇ ਵੀ ਨਹੀਂ ਟੁੱਟ ਸਕਦਾ। ਬਹੁਤ ਵਧੀਆ ਰਿਸ਼ਤਾ ਹੁੰਦਾ ਇਹ, ਬਹੁਤ ਪਿਆਰਾ ਹੁੰਦਾ ਜੇ ਇਹਨੂੰ ਨਿਭਾਇਆ ਜਾਵੇ ਤਾਂ ਵਧੀਆ, ਵੀ ਇਹਦੇ ਵਿੱਚ ਕੜੱਤਣ ਨਾ ਆਵੇ। ਤਾਂ ਜਦੋਂ ਆਪਾਂ ਸਹੁਰੇ ਘਰ ਹੁੰਦੇ ਹਾਂ ਤਾਂ ਆਪਣਾ ਹਸਬੈਂਡ ਤਾਂ ਬਹੁਤ ਸਾਥ ਆਪਣੇ ਨਾਲ ਦਿੰਦਾ ਹੀ ਦਿੰਦਾ, ਵੀ ਆਪਣੇ ਨਾਲ ਹੈਲਪ ਕਰਵਾਉਣ ਨੂੰ। ਜੇ ਉਸ ਘਰ ਵਿੱਚ ਹੋਰ ਮੈਂਬਰ ਹੁੰਦਾ ਤਾਂ ਉਹ ਆਪਣੀ ਨਨਾਣ ਹੁੰਦੀ ਹੈ ਜੀ, ਹੈ ਨਾ, ਵੀ ਸਾਰੀ ਦੱਸ ਪੁੱਛ ਦੱਸਣ ਬਾਰੇ, ਘਰ ਬਾਰੇ ਦੱਸਣ ਬਾਰੇ, ਆਪਣੇ ਕੋਈ ਘਰੋਂ ਬਾਹਰੋਂ ਆਪਣੇ ਗਲੀ ਗਵਾਂਢ ਤੋਂ ਕੋਈ ਘਰੋਂ ਹੀ ਆਉਂਦਾ ਅਤੇ ਆਪਾਂ ਨੂੰ ਨਹੀਂ ਪਤਾ ਹੁੰਦਾ, ਨਵੇਂ ਹੁੰਦੇ ਉਸ ਟਾਈਮ ਆਪਾਂ ਨੂੰ ਉਹ ਨਨਾਣ ਹੀ ਦੱਸਦੀ ਵੀ ਆਪਣਾ ਐਵੇਂ ਦਾ ਰਿਸ਼ਤੇਦਾਰ ਹੈ, ਐਵੇਂ ਦਾ ਆਪਣਾ ਆਸ ਗਵਾਂਢ ਹੈ, ਇਹਨਾਂ ਲਈ ਐਵੇਂ ਦਾ ਖਾਣ ਪੀਣ ਚਾਹੀਦਾ, ਇਹਨਾਂ ਲਈ ਐਵੇਂ ਦਾ ਚਾਹੀਦਾ। ਅਤੇ ਨਨਾਣ ਆਪਣਾ ਲਈ ਬਹੁਤ ਚੰਗੀ ਚੀਜ਼ ਹੈ, ਨਨਾਣ ਹੋਵੇ ਤਾਂ ਬਹੁਤ ਸੌਖਾ ਹੋ ਜਾਂਦਾ। ਜਿਵੇਂ ਆਪਾਂ ਸਹੁਰੇ ਘਰ ਆਉਂ, ਪੇਕੇ ਘਰੋਂ ਸਹੁਰੇ ਘਰ ਆਉਂਦੇ ਹਾਂ ਆਪਾਂ, ਅਤੇ ਜਦੋਂ ਆਪਾਂ ਨੂੰ ਉੱਥੇ ਆਪਣੇ ਪੇਕੇ ਘਰ ਤਾਂ ਸਹੇਲੀਆਂ ਵੀ ਹੁੰਦੀਆਂ ਆਪਣੀਆਂ, ਭੈਣਾਂ ਵੀ ਹੁੰਦੀਆਂ ਨਾਲ, ਹੈ ਨਾ, ਅਤੇ ਸਹੁਰੇ ਘਰ ਜੇ ਆਪਾਂ ਨੂੰ ਨਨਾਣ ਮਿਲ ਜਾਵੇ ਉਹਦੇ ਨਾਲ ਭੈਣ ਵਾਲਾ ਰਿਸ਼ਤਾ ਵੀ ਨਿਭਾਇਆ ਜਾਂਦਾ ਅਤੇ ਸਹੇਲੀ ਵਾਲਾ ਰਿਸ਼ਤਾ ਵੀ ਨਿਭਾਇਆ ਜਾਂਦਾ। ਜਿਹੜੀ ਨਨਾਣ ਭਰਜਾਈ ਹੁੰਦੀ ਉਹ ਹੁੰਦੀਆਂ ਹੀ ਅਕਸਰ ਸਹੇਲੀਆਂ ਹੀ ਹੈ, ਉਹ ਬੋਲੀ ਵੀ ਪਾਉਂਦੇ ਹੁੰਦੇ ਆ ਨਾ ਕਿ ਹਰੇ ਹਰੇ ਘਾਹ ਉੱਤੇ ਉੱਚੀਆਂ ਹਵੇਲੀਆਂ, ਨਨਾਣ ਭਰਜਾਈ ਦੋਵੇਂ ਗੂੜੀਆਂ ਸਹੇਲੀਆਂ, ਕਿ ਜੇ ਅਸੀਂ ਆਪਸ ਵਿੱਚ ਪਿਆਰ ਭਰ ਕੇ ਰਹੀਏ ਤਾਂ ਇੱਕ ਗੂੜੀਆਂ ਸਹੇਲੀਆਂ ਵਾਂਗ ਹੀ ਹੁੰਦੀਆਂ। ਇੱਕ ਜਿਹੜੀ ਨਨਾਣ ਹੈ ਉਹੀ ਆਪਾਂ ਨੂੰ ਕੀ ਆ ਹਰ ਇੱਕ ਰਿਸ਼ਤੇ ਬਾਰੇ ਦੱਸਦੀ ਹੈ, ਜਦੋਂ ਆਪਣੇ ਘਰੇ ਕੋਈ ਚੀਜ਼ ਹੁੰਦੀ ਆ, ਹੈ ਨਾ, ਤਾਂ ਆਪਣੀ ਹੈਲਪ ਕਰਾਉਣ ਵਾਸਤੇ ਉਹੀ ਇੱਕ ਇਨਸਾਨ ਹੁੰਦਾ ਜਿਹੜਾ ਆਪਾਂ ਨੂੰ ਹਰ ਇੱਕ ਚੀਜ਼ ਬਾਰੇ ਦੱਸ ਸਕਦਾ। ਤੇ ਜੇ ਆਪਾਂ ਗੱਲ ਕਰੀਏ ਵੀ ਇੱਕ ਨਨਾਣ ਹੈ, ਜਦੋਂ ਕਿ ਇਹ ਘਰਾਂ ਵਿੱਚ ਆਪਸੀ ਨੋਕ ਝੋਕ ਕਦੋਂ ਆ ਜਾਂਦੀ ਹੈ, ਰਿਸ਼ਤਿਆਂ ਵਿੱਚ ਕੜੱਤਣ ਕਦੋਂ ਆ ਜਾਂਦੀ ਹੈ, ਜਦੋਂ ਇੱਕ ਨਨਾਣ ਹੈ ਸਾਡੀ ਉਹ ਇੱਕ ਛੋਟੀ ਉਮਰ ਦੀ ਹੁੰਦੀ ਹੈ, ਕੁਆਰੀ ਹੁੰਦੀ ਹੈ, ਅਤੇ ਭਰਜਾਈ ਵੱਡੀ ਹੁੰਦੀ ਹੈ, ਉਦੋਂ ਨਾ ਜਿਹੜੀ ਨਨਾਣ ਆ ਆਪਾਂ ਕਹਿ ਦਿੰਦੇ ਹਾਂ ਵੀ ਕਈ ਵਾਰ ਘਰੇ ਕੋਈ ਲੜਾਈ ਹੋ ਜਾਵੇ, ਹੈ ਨਾ, ਤਾਂ ਆਪਾਂ ਕਹਿ ਦਿੰਦੇ ਹਾਂ ਵੀ ਮੇਰੀ ਨਨਾਣ ਨੇ ਕੰਨ ਭਰਤੇ ਹੁੰਦੇ ਆ, ਤਾਂ ਉਸ ਟਾਈਮ ਕੀ ਆ ਆਪਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਜਦੋਂ ਵੱਡੀਆਂ ਬਣਾ ਲੈਂਦੇ ਹਾਂ ਅਤੇ ਉਦੋਂ ਕੀ ਰਿਸ਼ਤਿਆਂ 'ਚ ਕੜੱਤਣ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜੇ ਉਹੀ ਅਸੀਂ ਉਹਦੇ ਵਿੱਚ ਪਿਆਰ ਭਰੀ ਜਾਵਾਂਗੇ, ਆਪਸ ਦੇ ਵਿੱਚ ਇੱਕ ਸਹੇਲੀਆਂ ਵਾਂਗ ਰਵਾਂਗੇ, ਤਾਂ ਉਹ ਪਿਆਰ ਭਰਿਆ ਰਿਸ਼ਤਾ ਜਿਹੜਾ ਸਾਡਾ ਸਾਰੀ ਉਮਰ ਲਈ ਚੱਲ ਸਕਦਾ ਹੈ। ਅੱਛਾ, ਐਂ ਜਦੋਂ ਮੈਂ ਇਸ ਘਰ ਆਈ ਸੀ ਤਾਂ ਮੇਰੇ ਦੋ ਨਨਾਣਾਂ ਸੀ, ਇੱਕ ਤਾਂ ਚਾਚਾ ਜੀ ਦੀ ਬੇਟੀ ਸੀ, ਇੱਕ ਮੇਰੀ ਨਨਾਣ ਸੀ। ਮੇਰੀ ਵੱਡੀ ਨਨਾਣ ਦਾ ਸੁਭਾਅ ਤਾਂ ਥੋੜ੍ਹਾ ਜਿਹਾ ਚੁੱਪ ਕੀਤਾ ਜਿਹਾ ਸੀ, ਥੋੜ੍ਹੀ ਛੋਟੀ ਸੀ ਜਿਹੜੀ, ਉਹ ਜ਼ਿਆਦਾ ਚੜੀਤੀ ਜੀ ਸੀਗੀ, ਅਤੇ ਪਰ ਮੈਨੂੰ ਉਸ ਘਰ ਆ ਕੇ ਉਦੋਂ ਆਏ ਨਹੀਂ ਫੀਲ ਜਿਹਾ ਹੋਇਆ ਵੀ ਮੈਂ ਨਹੀਂ ਆਪਦੀਆਂ ਭੈਣਾਂ ਕੋਲੋਂ ਵਿਛੜ ਕੇ ਵੀ ਇਸ ਘਰ ਆਈ ਹਾਂ। ਮੈਨੂੰ ਆਪਦੀਆਂ ਭੈਣਾਂ ਨਾਲੋਂ ਵੀ ਵੱਧ ਉਹਨਾਂ ਨੇ ਪਿਆਰ ਦਿੱਤਾ, ਸਹਾਇਤਾ ਦਿੱਤੀ ਮੈਨੂੰ ਉਹਨਾਂ ਨੇ। ਅਤੇ ਬਾਕੀ ਜਦੋਂ ਮੇਰੇ ਭੈਣ ਭਰਾ ਕੋਈ ਆ ਕੇ ਜਾਣਾ ਕਿਸੇ ਨੇ, ਅਤੇ ਜੇ ਮੇਰਾ ਮਨ ਜਿਹਾ ਖਰਾਬ ਹੋ ਜਾਣਾ, ਤਾਂ ਮੇਰੀਆਂ ਨਨਾਣਾਂ ਮੈਨੂੰ ਬੜੀ ਚੰਗੀ ਚੀਜ਼ ਗੱਲ ਕਹਿੰਦੀਆਂ ਸੀ, ਅਸੀਂ ਹੈਗੀਆਂ ਨੇ ਤੇਰੀਆਂ ਭੈਣਾਂ, ਅਰਗੀਆਂ ਤਾਂ ਹੈਗੀਆਂ ਹੀ, ਅਸੀਂ ਭੈਣਾਂ ਹੀ ਆ ਤੁਹਾਡੀਆਂ। ਅਤੇ ਮੈਨੂੰ ਉਹ ਗੱਲ ਬੜੀ ਚੰਗੀ ਰਹੀਆਂ ਵੀ ਅਸੀਂ ਭੈਣਾਂ ਵਾਂਗੂ ਹੀ ਹਾਂ। ਮੇਰੀਆਂ ਨਨਾਣਾਂ ਨੇ ਕਦੇ ਮੈਨੂੰ ਨਹੀਂ ਕੁਛ ਚੰਗਾ ਮਾੜਾ ਕਿਹਾ, ਮੈਂ ਉਹਨਾਂ ਲਈ ਨਹੀਂ ਕਿਤੇ ਚੰਗਾ ਮਾੜਾ ਕਿਹਾ। ਅਸੀਂ ਆਪ ਵਿੱਚ ਮੈਂ ਬਹੁਤ ਸਹੇਲੀਆਂ ਰਹੀਆਂ, ਉਸ ਟਾਈਮ 10ਵੀਂ 11ਵੀਂ 'ਚ ਪੜ੍ਹਦੀਆਂ ਸੀ, ਜਦੋਂ ਉਹਨਾਂ ਦੇ ਸਕੂਲ 'ਚ ਕੋਈ ਪ੍ਰੋਗਰਾਮ ਹੋਣਾ ਅਤੇ ਉਹਨਾਂ ਨੇ ਕਹਿਣਾ ਅਸੀਂ ਭਾਬੀ ਜੀ ਨੂੰ ਨਾਲ ਲੈ ਕੇ ਜਾਣਾ, ਮੈਨੂੰ ਬੜੀ ਥਾਂ 'ਤੇ ਉਹ ਨਾਲ ਲੈ ਕੇ ਗਈਆਂ, ਘੁਮਾਇਆ ਉਹਨਾਂ ਨੇ, ਮੁੜ ਕੇ ਮੈਨੂੰ ਐਂ ਵੀ ਕਹਿਣਾ ਤੁਸੀਂ ਆਹ ਸੂਟ ਨਹੀਂ ਪਾਉਣਾ, ਤੁਸੀਂ ਐਂ ਕਰਨਾ। ਉਹਨਾਂ ਨੂੰ ਐਂ ਹੋਣਾ ਵੀ ਕੋਈ ਸਾਨੂੰ ਐਂ ਨਾ ਕਹਿੰਦੇ ਵੀ ਤੁਹਾਡੀ ਭਾਬੀ ਐਵੇਂ ਦੀ ਸੀ ਜਾਂ ਐਂ ਸੂਟ ਨਹੀਂ ਸੀ ਪਾਇਆ, ਵੀ ਐਂ ਸੀ। ਉਹਨਾਂ ਨੂੰ ਐਂ ਹੁੰਦਾ ਸੀ ਸਭ ਤੋਂ ਵੱਧ ਸੋਹਣੇ ਲੱਗਣ ਸਾਡੀ ਭਾਬੀ। ਨਨਾਣਾਂ ਨੂੰ ਬਹੁਤ ਚਾਅ ਹੁੰਦਾ ਆਪਦੀਆਂ ਭਰਜਾਈਆਂ ਦਾ ਜੀ। ਜਦੋਂ ਭਾਬੀ ਜਿਹੜੀ ਹੁੰਦੀ ਆ, ਹੈ ਨਾ, ਉਹ ਵੱਡੀ ਹੁੰਦੀ ਆ, ਤਾਂ ਇੱਕ ਮਾਂ ਦਾ ਰਿਸ਼ਤਾ ਜਿਹੜਾ ਉਹ ਪੂਰਾ ਅਪਣਾਉਂਦੀ ਆ। ਆਪਾਂ ਨੂੰ ਕੀ ਹੈ ਭਾਬੀ ਚੋਂ ਕੀ ਹੈ ਮਾਂ ਦਾ ਰੂਪ ਜਿਹੜਾ ਦਿਖਣ ਲੱਗ ਜਾਂਦਾ, ਜੇ ਉਹ ਆਪਣੇ ਨਾਲ ਸਹੀ ਪਿਆਰ ਭਰਿਆ ਰਿਸ਼ਤਾ ਨਿਭਾਵੇ। ਤਾਂ ਜਦੋਂ ਕੀ ਹੈ ਇੱਕ ਮਾਂ ਕਹਿ ਦਿੰਦੀ ਹੈ ਨਾ ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ, ਜਦੋਂ ਕੀ ਆ ਉਹ ਉਹਦੇ ਨਾਲ ਓਨਾ ਹੀ ਵਧੀਆ ਰਿਸ਼ਤਾ ਰੱਖੂਗੀ, ਤਾਂ ਉਹ ਰਿਸ਼ਤਾ ਕਾਫੀ ਲੰਬਾ ਸਮਾਂ ਚੱਲੂਗਾ। ਕਿਉਂਕਿ ਕਈ ਵਾਰ ਕੀ ਹੁੰਦਾ ਨਾ ਆਪਣੇ ਘਰਾਂ 'ਚ ਆਪਾਂ ਅਕਸਰ ਦੇਖਣ ਨੂੰ ਇਹ ਮਿਲਦਾ ਹੁੰਦਾ ਵੀ ਜਿਹੜੀ ਭਰਜਾਈ ਆ
ਉਹਨੂੰ ਤਾਂ ਹੁੰਦਾ ਵੀ ਮੇਰੇ ਪੇਕਿਆਂ ਤੋਂ ਸਭ ਕੁਛ ਹੀ ਆਵੇ ਮੈਨੂੰ, ਜਿਵੇਂ ਸੰਧਾਰਾ ਆਉਂਦਾ ਹਨਾ, ਤਾਂ ਉਦੋਂ ਆਪਾਂ ਨੂੰ ਹੁੰਦਾ ਵੀ ਮੇਰੇ ਪੇਕਿਆਂ ਨੂੰ ਜੋ ਕੁਛ ਵੀ ਲੈ ਕੇ ਉਹਨੂੰ ਵਧੀਆ ਲੈ ਕੇ ਆਉਣ, ਤੇ ਵੀ ਮੇਰੇ ਸਹੁਰੇ ਕਿਤੇ ਇਹ ਨਾ ਕਹਿ ਦੇਣ ਵੀ ਤੇਰੇ ਪੇਕਿਆਂ ਤੋਂ ਕੁਛ ਆਇਆ ਨੀ। ਤੇ ਉਸੇ ਤਰ੍ਹਾਂ ਹੀ ਵੀ ਇੱਕ ਨਨਾਣ ਨੂੰ ਵੀ ਹੁੰਦਾ ਹਨਾ ਵੀ ਜਦੋਂ ਵਿਆਹੀ ਜਾਂਦੀ ਹੈ ਵੀ ਮੇਰੇ ਪੇਕਿਆਂ ਤੋਂ ਇਹੀ ਕੁਛ ਆਵੇ, ਪਰ ਉਸ ਟਾਈਮ ਤੇ ਕਈ ਵਾਰ ਭਰਜਾਈ ਹੈ ਨਾ ਜਿਹੜੀ ਉਹ ਨੋਕਾ ਟੋਕੀ ਕਰਨ ਲੱਗ ਜਾਂਦੀ ਹੈ। ਇੱਕ ਨਨਾਣ ਨੂੰ ਉਸ ਟਾਈਮ ਤੇ ਇਹ ਹੁੰਦਾ ਵੀ ਮੇਰੇ ਪੇਕਿਆਂ ਤੋਂ ਵੀ ਮੈਨੂੰ ਕਾਫੀ ਕੁਛ ਆਵੇ, ਪਰ ਜਦੋਂ ਉਸ ਟਾਈਮ ਤੇ ਭਰਜਾਈ ਇਹ ਕਹਿੰਦੇ ਨਾ ਵੀ ਨਹੀਂ ਨਨਾਣ ਨੂੰ ਇੰਨਾ ਹੀ ਬਹੁਤ ਹੈ, ਇੰਨਾ ਕੀ ਕਰਾਉਣਾ, ਉਸ ਟਾਈਮ ਤੇ ਕੀ ਉਹਦੇ ਰਿਸ਼ਤੇ 'ਚ ਕੜਤਣ ਆਉਣ ਲੱਗ ਜਾਂਦੀ ਹੈ। ਜੇਕਰ ਨਨਾਣ ਹਾਣਦੀ ਹੋਵੇ ਤਾਂ ਆਪਣੇ, ਫਿਰ ਤਾਂ ਆਪਣਾ ਰਿਸ਼ਤਾ ਉਦੋਂ ਵੀ ਬਹੁਤ ਜ਼ਿਆਦਾ ਵਧੀਆ ਨਿਭ ਜਾਂਦਾ ਹੈ। ਇੱਕ ਦੂਜੇ ਨੂੰ ਵੀ ਦੱਸਣਾ ਕਰਨੀ ਗੱਲ, ਉਹ ਆਪਦੀ ਸਾਰੇ ਘਰ ਦੀ ਫੈਮਿਲੀ ਬਾਰੇ ਦੱਸ ਸਕਦੀ ਹੈ ਵੀ ਆਹ ਇਸ ਪਰਿਵਾਰ ਦਾ ਆਪਣੇ ਦਾ ਐਵੇਂ ਦਾ ਫੈਮਿਲੀ ਤਾਂ ਜੀ, ਐਵੇਂ ਦਾ ਖਾਣ ਪੀਣ ਹੁੰਦਾ, ਐਵੇਂ ਦਾ ਸਭ ਕੁਛ ਕਰਨਾ, ਉਹ ਆਪਾਂ ਨੂੰ ਮਾੜੀਆਂ ਮਾੜੀਆਂ ਗੱਲਾਂ ਆਪਦੀਆਂ ਦੱਸ ਦਿੰਦੀ ਹੈ। ਇੰਨੇ ਨਾਲ ਆਪਾਂ ਨੂੰ ਸੌਖਾ ਹੋ ਜਾਂਦਾ ਨਨਾਣ ਦਾ, ਆਪਾਂ ਨੂੰ ਔਖਾ ਨਹੀਂ ਹੁੰਦਾ ਉਸ ਘਰੇ ਆ ਕੇ ਵੀ ਅਸੀਂ ਆਹ ਕੰਮ ਕਿਵੇਂ ਕਰਨਾ, ਆਪਾਂ ਮਾੜੀ ਮਾੜੀ ਗੱਲ ਆਪਦੀ ਨਨਾਣ ਨੂੰ ਪੁੱਛ ਸਕਦੇ ਹਾਂ ਜੀ। ਤੇ ਨਨਾਣਾ ਦਾ ਤਾਂ ਇੱਕ ਹੋਰ ਵੀ ਵਧੀਆ ਗੱਲ ਹੁੰਦੀ ਹੈ ਨਾ, ਜਦੋਂ ਨਨਾਣਾ ਤੇ ਭਰਜਾਈਆਂ ਇੱਕੋ ਜਿਹੀ ਉਮਰ ਦੀਆਂ ਹੁੰਦੀਆਂ, ਹਾਂਦੀਆਂ ਹੁੰਦੀਆਂ, ਤਾਂ ਉਹਨਾਂ 'ਚ ਕਈ ਵਾਰ ਨਾ ਖਟਾਸ ਹੁੰਦੀ ਹੈ, ਨੋਕ ਝੋਕ ਇੱਕ ਦੂਜੇ ਨਾਲ ਕਰਦੀਆਂ ਹੀ ਰਹਿੰਦੀਆਂ। ਕਈ ਵਾਰ ਉਹਨੇ ਉਹਨੂੰ ਕੁਛ ਕਹਿਤਾ, ਕਈ ਵਾਰ ਉਹਨੇ ਉਹਨੂੰ ਕੁਛ ਕਹਿਤਾ, ਤੇ ਪਰ ਜੇ ਪਿਆਰ ਬਣਿਆ ਰਹੇ ਤਾਂ ਆਪਾਂ ਕਹਿੰਦੇ ਵਧੀਆ ਗੱਲ ਆ ਹਨਾ, ਵੀ ਅੱਗੇ ਤੱਕ ਜਾਊਗਾ। ਜਿਹੜੀ ਵੱਡੀ ਭਰਜਾਈ ਹੁੰਦੀ ਹੈ ਉਹਨੂੰ ਵੀ ਆਪਦੇ ਰੋਲ ਸਹੀ ਨਿਭਾਉਣੇ ਚਾਹੀਦੇ। ਕਈ ਵਾਰ ਆਪਣੀ ਨਨਾਣ ਛੋਟੀ ਹੁੰਦੀ ਹੈ, ਜਿਵੇਂ ਪੜ੍ਹਦੀ ਲਿਖਦੀ, ਮੁੜ ਕੇ ਆਪਾਂ ਉਹਨੂੰ ਵਿਆਹਣ ਲਈ ਕਰਦੇ ਹਾਂ ਤਿਆਰੀ, ਜਦੋਂ ਆਪਾਂ ਵਿਆਹਣਾ ਤੇ ਉਹਦੇ ਲਈ ਪੈਸਾ ਵੀ ਲਾਉਣਾ, ਜੋ ਕੁਛ ਵੀ ਲਾਉਣਾ, ਉਹ ਮਾਂ ਪਿਓ ਨੇ ਲਾਉਣਾ ਹੁੰਦਾ ਹੈ ਨਾ, ਭਰਜਾਈ ਨੂੰ ਨਹੀਂ ਇੰਨਾ ਚਾਹੀਦਾ ਵਿੱਚ ਬੋਲਣਾ। ਤੇ ਕਈ ਵਾਰ ਭਰਜਾਈ ਨੂੰ ਐਂ ਹੁੰਦਾ ਵੀ ਮੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਕਿੰਨਾ ਕੁ ਪੈਸਾ ਲਾਉਣਾ, ਕਿਵੇਂ ਕਰਨਾ, ਐਂ ਕਰਨਾ, ਜਿਉਂ ਕਰਨਾ, ਉਹਦੇ ਲਈ ਫਿਰ ਉਹ ਕੜਤਨ ਜ਼ਿਆਦਾ ਵੱਧ ਜਾਂਦੀ ਹੈ ਜੀ ਭਰਜਾਈ ਲਈ। ਤੇ ਭਰਜਾਈ ਨੂੰ ਉਨਾ ਕੀ ਕਰਨਾ ਚਾਹੀਦਾ ਜਿੰਨਾ ਕੁ ਉਹਦਾ ਰੋਲ ਹੁੰਦਾ ਜੀ। ਤੇ ਨਨਾਣ ਦਾ ਜਦੋਂ ਦੇਖੋ ਵਿਆਹ ਹੁੰਦਾ ਹਨਾ, ਤੇ ਦੇਣਾ ਤਾਂ ਹੁਣ ਆਪਣੇ ਪੇਕਿਆਂ ਨਾਲ ਹੀ ਹੁੰਦਾ, ਆਪਾਂ ਨੂੰ ਵੀ ਆਪਣੇ ਪੇਕਿਆਂ ਨੇ ਦਿੱਤਾ ਤੇ ਨਨਾਣ ਨੂੰ ਵੀ ਉਹਦੇ ਪੇਕਿਆਂ ਨੇ ਦੇਣਾ, ਤੇ ਫਿਰ ਆਪਣੀ ਦਖਲ ਅੰਦਾਜ਼ੀ ਉਹਦੇ ਵਿੱਚ ਕੀ ਕਰੂਗੀ, ਕਿਉਂਕਿ ਉਹ ਕਿਹੜਾ ਆਪਣੀ ਜੇਬ 'ਚੋਂ ਲੱਗਣੇ ਆ, ਉਹ ਤਾਂ ਆਪਣੇ ਘਰਦਿਆਂ ਦੀ ਜੇਬ 'ਚੋਂ ਲੱਗਣੇ ਆ ਨਾ, ਕਿਉਂਕਿ ਉਹ ਵੀ ਉਹਨਾਂ ਦੀ ਉਨੀ ਧੀ ਹੈ। ਤੇ ਇੱਕ ਭਰਜਾਈ ਦਾ ਤਾਂ ਇਹ ਹੁੰਦਾ ਨਾ ਵੀ ਇੱਕ ਕੁੜੀ ਹੈ ਜਿਹੜੀ ਹਨਾ ਉਹ ਵਿਆਹ ਕੇ ਸਹੁਰੇ ਘਰੇ ਆਈ ਹੈ, ਤੇ ਉਹਨੂੰ ਆਪਾਂ ਉਨਾ ਕੀ ਉਹਦੇ ਨਾਲ ਰਹੀਏ ਵੀ ਜਿੰਨਾ ਕੁ ਆਪਾਂ ਆਪਦੀ ਧੀ ਨੂੰ ਆਪਦੇ ਘਰੇ ਰੱਖਦੇ ਉਨਾ ਹੀ ਮਾਣ ਸਤਿਕਾਰ ਦੇਈਏ। ਕਿਉਂਕਿ ਕਈ ਵਾਰ ਕੀ ਹੁੰਦਾ ਨਾ ਆਪਣੀਆਂ ਸੱਸਾਂ ਆਪਾਂ ਗੱਲ ਕਰੀਏ ਵੀ ਕਈ ਵਾਰ ਇਹੋ ਜਿਹੀਆਂ ਹੁੰਦੀਆਂ ਵੀ ਉਹ ਨੋਕਾ ਝੋਕੀ ਇੰਨੀ ਕਰਦੀਆਂ ਵੀ ਬਹੁਤ ਹੀ ਜ਼ਿਆਦਾ ਵੀ ਇੱਕ ਨੂੰਹ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ, ਤੇ ਉੱਥੇ ਜੇ ਆਪਾਂ ਉਹਨੂੰ ਆਪਦੀ ਧੀ ਵਾਂਗ ਰੱਖੀਏ ਤਾਂ, ਕਿਉਂਕਿ ਸਾਰੀ ਉਮਰ ਤਾਂ ਮਾਂ ਬਾਪ ਰਹਿਣੇ ਨਹੀਂ ਹੁੰਦੇ, ਤੇ ਇੱਕ ਨਨਾਣ ਤੇ ਭਰਜਾਈ ਨੇ ਆਪਸ 'ਚ ਵਰਤਣਾ ਹੁੰਦਾ, ਤੇ ਜੇ ਆਪਣੀ ਮਾਂ ਹੀ ਆਪਾਂ ਨੂੰ ਇਹ ਸਿਖਾਊਗੀ ਹਨਾ ਵੀ ਭਰਜਾਈ ਨਾਲ ਐਂ ਨਹੀਂ ਕਰਨਾ ਜਾਂ ਉਹ ਨਹੀਂ ਕਰਨਾ, ਤੇ ਫਿਰ ਇਹ ਤਾਂ ਵੀ ਕੜੱਤਣ ਤਾਂ ਪਊਗੀ ਹੀ ਪਊਗੀ, ਪਰ ਕਿਉਂਕਿ ਨਨਾਣ ਭਰਜਾਈ ਨੇ ਆਪਸ ਦੇ ਵਿੱਚ ਵਰਤਣਾ ਤੇ ਉਹਨਾਂ ਨੂੰ ਵੀ ਆਪਦਾ ਰਿਸ਼ਤਾ ਜਿਹੜਾ ਵਧੀਆ ਰੱਖਣਾ ਚਾਹੀਦਾ। ਠੀਕ ਹੈ, ਇਹ ਨਹੀਂ ਸੋਚਣਾ ਚਾਹੀਦਾ ਵੀ ਮੈਂ ਨਨਾਣ ਹੈ ਹੁਣ ਮੈਂ ਆਪਦੇ ਪੇਕੇ ਘਰ ਜਾ ਰਹੀ ਹਾਂ ਵੀ ਜਦੋਂ ਮੈਂ ਉੱਥੇ ਜਾਊਂਗੀ ਤੇ ਮੇਰੀ ਭਰਜਾਈ ਮੇਰੇ ਲਈ ਖਾਣਾ ਪੀਣਾ ਜੋ ਕੁਛ ਵੀ ਹੈ ਮੈਨੂੰ ਬੈੱਡ ਸੀਟ 'ਤੇ ਲਿਆਵੇ, ਉੱਥੇ ਬੈਠੀ ਹੋਵੇ, ਉੱਥੇ ਖਾਣ ਲਈ ਆਵੇ ਹੈ ਨਾ। ਜੇ ਆਪਾਂ ਜਾ ਵੜਾਂਗੇ ਉਹਨਾਂ ਨਾਲ ਰਸੋਈ ਦੇ ਵਿੱਚ ਜਾਂਦੇ ਰਹਾਂਗੇ, ਮਾੜੀ ਮੋਟੀ ਹੈਲਪ ਕਰਵਾ ਦਾਂਗੇ, ਨਾਲ ਤਾਂ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਵੱਧ ਕਰਾਂਗੇ ਹੈ ਨਾ, ਨਾਲੇ ਆਪਣਾ ਮੋਹ ਪਿਆਰ ਵੱਧਦਾ, ਨਾਲੇ ਉਹਨਾਂ ਨੂੰ ਲਈ ਔਖਾ ਨਹੀਂ ਹੁੰਦਾ ਵੀ ਮੇਰੀ ਨਨਾਣ ਆਈ ਤੇ ਮੈਨੂੰ ਐਂ ਕਰਨਾ ਪੈਂਦਾ। ਕਿ ਜੇ ਆਪਾਂ ਐਂ ਕਰਾਂਗੇ ਫਿਰ ਕਿਤੇ ਆਪਾਂ ਫਿਰ ਵੀ ਜਾਵਾਂਗੇ, ਉਹਨਾਂ ਲਈ ਇਹ ਚੀਜ਼ ਦਾ ਬੋਝ ਬਣ ਜਾਂਦਾ ਵੀ ਮੇਰੀ ਨਨਾਣ ਆਊਗੀ ਮੈਨੂੰ ਐਂ ਵੀ ਕਰਨਾ ਐਂ ਕਰਨਾ। ਕਿੱਥੇ ਆਪਾਂ ਸੋਚਦੇ ਹਾਂ ਵੀ ਮੇਰੀ ਨਨਾਣ ਆਊਗੀ, ਚਲੋ ਮੇਰੇ ਨਾਲ ਹੈਲਪ ਕਰਵਾਉਣਗੇ, ਮੇਰੇ ਲਈ ਕੋਈ ਏਡੀ ਔਖੀ ਗੱਲ ਨਹੀਂ, ਵੀ ਜੇ ਆਉਂਦੇ ਤਾਂ ਠੀਕ ਹੈ। ਉਹੀ ਗੱਲ ਹੋ ਗਈ ਨਾ ਵੀ ਜੇ ਆਪਾਂ ਆਪਦੇ ਪੇਕੇ ਜਾਵਾਂਗੇ ਤਾਂ ਆਪਾਂ ਵੀ ਉਹੀ ਕੁਛ ਭਰ ਲਾਗੇ ਨਾ ਵੀ ਆਪਣੀ ਚੰਗੀ ਖਾਤਰਦਾਰੀ ਹੋਵੇ ਤੇ ਆਪਣੀ ਭਰਜਾਈ ਆਪਣੇ ਨਾਲ ਵਧੀਆ ਵਰਤੇ, ਤੇ ਜੇ ਆਪਾਂ ਆਪਦੀ ਨਨਾਣ ਨਾਲ ਵਧੀਆ ਵਰਤਦੇ ਤਾਂ ਆਪਣੀਆਂ ਭਰਜਾਈਆਂ ਵੀ ਆਪਾਂ ਨੂੰ ਦੇਖ ਕੇ ਵਧੀਆ ਵਰਤਣਗੀਆਂ, ਤੇ ਜੇ ਉੱਥੇ ਆਪਾਂ ਹੀ ਉਹਦੇ ਵਿੱਚ ਇਹ ਕਰੀ ਗਈਏ ਵੀ ਆਪਾਂ ਨਨਾਣ ਦੀ ਕਿਉਂ ਖਾਤਰਦਾਰੀ ਕਰੀਏ ਹਨਾ ਵੀ ਆਪਦੇ ਘਰੇ ਆਈ ਆ, ਤੇ ਉੱਥੇ ਕੀ ਆਪਾਂ ਫਿਰ ਆਪਦੀ ਭਰਜਾਈ ਤੋਂ ਵੀ ਕੀ ਉਮੀਦ ਰੱਖਾਂਗੇ। ਜਿਵੇਂ ਅਰਚ ਛੋਟੀਆਂ ਨਨਾਣਾਂ ਹੁੰਦੀਆਂ, ਛੋਟੀਆਂ ਨਨਾਣਾਂ ਜਦੋਂ ਆਪਾਂ ਉਹਨਾਂ ਲਈ ਰਿਸ਼ਤਾ ਵੇਖਦੇ ਹਾਂ ਕਿਤੇ ਵਿਆਹ ਕਰਨ ਲਈ ਹੈ ਨਾ, ਅਤੇ ਰਿਸ਼ਤਾ ਵੇਖਦੇ ਹਾਂ, ਜੇ ਨਨਾਣ ਭਰਜਾਈ ਦਾ ਵਿੱਚ ਮੈਂ ਬਹੁਤ ਪਿਆਰਾ ਰਿਸ਼ਤਾ ਹੋਊਗਾ, ਬਹੁਤ ਗੂੜਾ ਰਿਸ਼ਤਾ ਹੋਊਗਾ, ਜਦੋਂ ਕਿਤੇ ਨਨਾਣ ਦਾ ਫਿਰ ਵਿਆਹ ਹੁੰਦਾ ਫਿਰ ਉਸ ਟਾਈਮ ਸਭ ਤੋਂ ਵੱਧ ਉਹਦੀ ਭਰਜਾਈ ਰੋਂਦੀ ਹੈ ਜੀ ਹੈ ਨਾ। ਉਹਨਾਂ ਨੂੰ ਐਂ ਹੁੰਦਾ ਵੀ ਅੱਜ ਇਹ ਟਾਈਮ 'ਤੇ ਜਾਂਦੇ ਆ, ਮੇਰੀ ਸਹੇਲੀਆਂ ਨੂੰ ਵੀ ਰਹੀ, ਮੇਰੀਆਂ ਭੈਣਾਂ ਨੂੰ ਵੀ ਰਹੀ, ਉਹ ਵੱਧ ਦੁੱਖ ਉਦੋਂ ਭਰਜਾਈ ਨੂੰ ਹੁੰਦਾ ਉਸ ਟਾਈਮ ਜੀ, ਜਦੋਂ ਇੱਕ ਇੱਕ ਘਰੋਂ ਇੱਕ ਜਣੀ ਨੇ ਵਿਛੜ ਜਾਣਾ, ਤੇ ਸਹੇਲੀਆਂ ਵੀ ਆਪਣੀ ਐਂ ਹੁੰਦੀ ਹੈ ਜੀ ਆਪਣੀ ਤੋਂ ਇੱਕ ਸਹੇਲੀ ਵਿਛੜ ਜੇ ਤਾਂ ਦੂਜੀ ਸਹੇਲੀ ਕਿੰਨਾ ਕਰਦੀ ਹੁੰਦੀ ਹੈ ਉਹਦਾ, ਤਾਂ ਉਸ ਟਾਈਮ ਜਦੋਂ ਦੇਖੋ ਦੋ ਸਹੇਲੀਆਂ ਹਨਾ ਆਪਸ ਦੇ ਵਿੱਚ ਹਾਣੋ ਹਾਣੀ ਹੈ, ਤਾਂ ਇੱਕ ਦੂਜੇ ਦਾ ਮੋਹ ਹੀ ਬਹੁਤ ਕਰਦੀਆਂ, ਕਿਉਂਕਿ ਉਸ ਟਾਈਮ ਤੇ ਕੀ ਹੁੰਦਾ ਨਾ ਵੀ ਇੱਕ ਦੂਜੇ ਦਾ ਆਪਾਂ ਮੋਹ ਇੰਨਾ ਕਰਦੇ ਹਾਂ ਵੀ ਹਰ ਇੱਕ ਚੀਜ਼ ਪੁੱਛ ਕੇ ਕਰਨੀ, ਪੁੱਛ ਕੇ ਪਾਉਣੀ, ਇੱਕੋ ਜਿਹੀਆਂ ਚੀਜ਼ਾਂ ਆਪਾਂ ਕਰਦੇ ਹਾਂ, ਤਾਂ ਉਸ ਟਾਈਮ ਤੇ ਜਦੋਂ ਇੱਕ ਜਣਾ ਵਿਛੜਦਾ
ਉਹ ਬਹੁਤ ਟਾਈਮ ਸਾਡੇ ਨਾਲ ਮਗਰੋਂ ਵਿਆਹੇ ਗਏ ਆ ਤੇ ਸਾਨੂੰ ਵੀ ਐਂ ਹੁੰਦਾ ਸੀ ਵੀ ਸਾਡੇ ਵੀ ਕਦੋਂ ਭਰਜਾਈ ਆਵੇ ਭਰਜਾਈ ਦਾ ਇੱਕ ਸ਼ੌਂਕ ਹੀ ਵੱਖਰਾ ਹੁੰਦਾ ਆਪਾਂ ਨੂੰ ਹਨਾ ਤੇ ਐਂ ਹੁੰਦਾ ਜਿਵੇਂ ਹੁਣ ਅਸੀਂ ਜਾਂਦੇ ਆਉਂਦੇ ਹਾਂ ਤੇ ਉਹ ਸਾਡੀ ਭਰਜਾਈ ਨੂੰ ਐਂ ਹੁੰਦਾ ਵੀ ਦੀਦੀ ਹਰਿਆਂ ਨੇ ਆਉਣਾ ਹੁਣ ਜੇ ਕੋਈ ਕੰਮ ਬਾਹਰ ਅੰਦਰ ਜਾਣ ਦਾ ਹੁੰਦਾ ਜਾਂ ਕੋਈ ਹੋਰ ਹੁੰਦਾ ਉਹਨੂੰ ਐਂ ਹੁੰਦਾ ਵੀ ਮੈਂ ਜਲਦੀ ਕਰ ਲਾਂ ਫਿਰ ਦੀਦੀ ਹਰੀਆਂ ਆਉਣੀਆਂ ਜਦੋਂ ਅਸੀਂ ਜਾ ਵੜਦੇ ਹਾਂ ਫਿਰ ਉਹ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਮੈਂ ਕਰੀ ਜਾਂਦੇ ਰਹਿੰਦੇ ਹਾਂ ਹਨਾ ਤੇ ਮੇਰਾ ਵੀਰਾ ਕਿਤੇ ਬਾਹਰੋਂ ਵੀ ਆਉਂਦਾ ਉਹ ਐਂ ਕਹਿ ਦਿੰਦਾ ਸੀ ਮੈਂ ਜਦੋਂ ਬਾਹਰੋਂ ਆਉਣਾ ਤੁਸੀਂ ਇਕੱਠੀਆਂ ਗੱਲਾਂ ਹੀ ਕਰੀ ਜਾਂਦੇ ਰਹਿੰਦੇ ਹਾਂ ਵੀ ਤੁਹਾਡੀਆਂ ਇੰਨੀਆਂ ਕਿਹੜੀਆਂ ਗੱਲਾਂ ਉਹ ਉਹਨਾਂ ਨਾਲ ਭਰਜਾਈ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਆਪਾਂ ਕਿੰਨਾ ਟਾਈਮ ਇਕੱਠੇ ਰਹੇ ਸੀਗੇ ਆਪਣੀਆਂ ਗੱਲਾਂ ਖਤਮ ਹੁੰਦੀਆਂ ਹੀ ਨੇ ਹਨਾ ਗੂੜਾ ਮੋਹ ਪਿਆਰ ਆਪਣਾ ਗਾਂਹ ਦੀ ਗਾਂਹ ਵਧੀ ਜਾਂਦਾ ਜੀ ਇਹ ਰਿਸ਼ਤਾ ਹੀ ਇਹੋ ਜਿਹਾ ਹੁੰਦਾ ਨਨਾਣ ਭਰਜਾਈ ਦਾ ਜਿਹਦੀ ਨਨਾਣ ਨਹੀਂ ਹੁੰਦੀ ਹਨਾ ਉਹ ਤਰਸਦਾ ਹੁੰਦਾ ਵੀ ਮੇਰੀ ਨਨਾਣ ਹੋਵੇ ਤੇ ਜਿਹਦੀ ਨਨਾਣ ਹੁੰਦੀ ਆ ਤੇ ਉਹ ਕੀ ਕਈ ਵਾਰ ਤਾਂ ਉਹਦੇ ਨਾਲ ਇੰਨਾ ਕਿ ਉਹਦੇ ਮੋਹ ਪਿਆਰ ਹੁੰਦਾ ਹਨਾ ਇੱਕ ਮਾਵਾਂ ਧੀਆਂ ਦਾ ਰਿਸ਼ਤਾ ਹੋ ਜਾਂਦਾ ਪਰ ਕਈਆਂ ਵਿੱਚ ਨੋਕ ਟੋਕ ਜ਼ਿਆਦਾ ਹੁੰਦੀ ਆ ਤੇ ਉਹਦੇ ਵਿੱਚ ਪਿਆਰ ਘੱਟ ਹੁੰਦਾ ਹੈਗਾ ਤੇ ਉਦੋਂ ਕੀ ਆਪਣੇ ਘਰਾਂ 'ਚ ਅਕਸਰ ਹੀ ਆਪਾਂ ਕਹਿੰਦੇ ਹਾਂ ਨਾ ਛੋਟੀਆਂ ਛੋਟੀਆਂ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਕਈ ਵਾਰ ਤਾਂ ਆਪਣੀਆਂ ਛੋਟੀ ਨਨਾਣ ਹੁੰਦੀ ਹੈ ਜਿਵੇਂ ਹਨਾ ਨਿੱਕੀ ਨਿੱਕੀ ਗੱਲ ਤੋਂ ਆਪਣੇ ਤੋਂ ਗੁੱਸੇ ਹੋਈ ਜਾਣਾ ਉਹਨੇ ਮਾੜੀ ਗੱਲ ਆਪਦੇ ਮਾਂ ਬਾਪ ਨੂੰ ਦੱਸੀ ਜਾਣੀ ਆਪਦੇ ਭਰਾ ਨੂੰ ਦੱਸੀ ਜਾਣਾ ਉਹਨੂੰ ਐਂ ਹੁੰਦਾ ਵੀ ਵੀਰੇ ਦਾ ਮੇਰੇ ਭਰਾ ਦਾ ਵਿਆਹ ਦੇ ਮਗਰੋਂ ਫਰਕ ਪੈ ਗਿਆ ਭਰਜਾਈ ਆਉਣ ਕਰਕੇ ਹਨਾ ਮੇਰੀ ਮਾਂ ਪਿਓ ਕੋਲ ਐਵੇਂ ਗੱਲਾਂ ਦੱਸੀ ਜਾਣੀਆਂ ਐਵੇਂ ਦੱਸੀ ਜਾ ਮਾੜੀ ਮਾੜੀ ਗੱਲ 'ਤੇ ਗੁੱਸਾ ਵਧਾਈ ਜਾਣਾ ਹਨਾ ਫਿਰ ਉਹ ਨਨਾਣ ਭਰਜਾਈ ਦਾ ਵਿੱਚ ਮੈਂ ਬਹੁਤ ਫਰਕ ਪੈ ਜਾਂਦਾ ਜ਼ਿਆਦਾ ਪੈ ਜਾਂਦਾ ਫਿਰ ਇਹ ਜੀ ਨਨਾਣ ਦਾ ਤਾਂ ਜਦੋਂ ਫਿਰ ਕਿਤੇ ਵਿਆਹ ਵੀ ਹੋ ਜਾਂਦਾ ਵਿਆਹ ਹੁੰਦਾ ਫਿਰ ਭਰਜਾਈ ਨੂੰ ਐਂ ਹੁੰਦਾ ਵੀ ਸ਼ੁਕਰ ਹੈ ਵੀ ਇਹ ਵੀ ਅੱਜ ਸਾਡੇ ਘਰੋਂ ਗਈ ਹੈ ਨਾ ਇਹਦੇ ਕਰਕੇ ਸਾਡੀ ਇੰਨੀ ਲੜਾਈ ਵੱਧਦੀ ਸੀ ਬਾਅਦ ਵਿੱਚ ਉਹੀ ਘਰ ਵਧੀਆ ਹੁੰਦਾ ਮਾਂ ਪਿਓ ਵੀ ਉਹਦਾ ਵਧੀਆ ਰਹਿੰਦਾ ਉਹਦਾ ਭਰਾ ਵੀ ਵਧੀਆ ਰਹਿੰਦਾ ਵੀ ਉਦੋਂ ਪਤਾ ਲੱਗਦਾ ਵੀ ਉਹ ਨਨਾਣ ਕਰਕੇ ਮੇਰਾ ਕਲੇਸ਼ ਵਧਿਆ ਰਹਿੰਦਾ ਸੀ ਵੀ ਹੁਣ ਵੀ ਉਹ ਪਰਿਵਾਰ ਹੈ ਮੈਥੋਂ ਇਹ ਖੁਸ਼ ਰਹਿੰਦੇ ਮੈਂ ਇਹਨਾਂ ਤੋਂ ਖੁਸ਼ ਰਹਿੰਦੀ ਤੇ ਜੇ ਉਹੀ ਭਰਜਾਈਆਂ ਜਿਹੜੀਆਂ ਚੰਗੀਆਂ ਹੁੰਦੀਆਂ ਉਹ ਕੀ ਆ ਆਪਦੇ ਬਰੋਬਰ ਹੀ ਆਪਦੀ ਨਨਾਣ ਨੂੰ ਰੱਖਦੀਆਂ ਕਿਉਂਕਿ ਜਿੰਨਾ ਜਿੰਨਾ ਉਹਨੂੰ ਸਨਮਾਨ ਉੱਥੇ ਮਿਲ ਰਿਹਾ ਹਨਾ ਜਿੰਨਾ ਉਹਨੂੰ ਪਿਆਰ ਕਰੀ ਜਾਂਦੇ ਆ ਓਨਾ ਹੀ ਉਹ ਆਪਦੀ ਨਨਾਣ ਨੂੰ ਕਰਦੀ ਆ ਜਿਹੜੀ ਚੀਜ਼ ਹਨਾ ਕਈ ਵਾਰ ਕੀ ਹੁੰਦਾ ਨਾ ਆਪਣੇ ਘਰਾਂ ਵਿੱਚ ਅਕਸਰ ਆਪਾਂ ਦੇਖਦੇ ਹਾਂ ਜਿਹੜੀਆਂ ਚੰਗੇ ਰਿਸ਼ਤੇ ਹੁੰਦੇ ਆ ਉਹਦੇ ਵਿੱਚ ਕੀ ਹੁੰਦਾ ਨਾ ਜੇ ਭਰਜਾਈ ਵਾਸਤੇ ਕੋਈ ਚੀਜ਼ ਆਈ ਹੈ ਜਾਂ ਨਨਾਣ ਵਾਸਤੇ ਆਈ ਤਾਂ ਉਹਦੀ ਭਰਜਾਈ ਵਾਸਤੇ ਵੀ ਬਰਾਬਰ ਚੀਜ਼ ਮੰਗਾਉਂਦੀ ਆ ਵੀ ਹਾਂ ਮੇਰੇ ਨਾਲ ਦੀ ਮੇਰੀ ਭਰਜਾਈ ਨੂੰ ਮਿਲਣੀ ਚਾਹੀਦੀ ਆ ਤੇ ਪਰ ਕਈ ਵਾਰ ਜਿਹੜੀਆਂ ਭਰਜਾਈਆਂ ਹਨਾ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਕਿ ਉਹਨੂੰ ਚੀਜ਼ ਮਿਲ ਗਈ ਤੇ ਉਹ ਆਉਂਦੀ ਨਹੀਂ ਨਨਾਣ ਨੂੰ ਇਹੋ ਜਿਹੀ ਨਹੀਂ ਚਾਹੀਦੀ ਤਾਂ ਮੇਰੇ ਨਾਲ ਦੀ ਹੋ ਜੂਗੀ ਪਹਿਲਾਂ ਐਂ ਹੁੰਦਾ ਸੀ ਨਨਾਣ ਭਰਜਾਈ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਸੀਗਾ ਗੂੜਾ ਪਿਆਰਾ ਹੁੰਦਾ ਸੀਗਾ ਤੇ ਬੱਚੇ ਵੀ ਆਪਣੇ ਵੇਖੋ ਵੀ ਨਾਨਕੀ ਜਾਂਦੇ ਕਿੰਨਾ ਕਿੰਨਾ ਟਾਈਮ ਇਕੱਲੇ ਲਾਏ ਆਉਂਦੇ ਸੀ ਹਨਾ ਤੇ ਬੱਚੇ ਭੂਆ ਕੋਲ ਵੀ ਜਾਂਦੇ ਹੁੰਦੇ ਕਿੰਨੀ ਕਿੰਨਾ ਟਾਈਮ ਉੱਥੇ ਵੀ ਲਾਏ ਆਉਂਦੇ ਸੀ ਅੱਜ ਕੱਲ੍ਹ ਰਿਸ਼ਤਾ ਹੈ ਤਾਂ ਹੈ ਪਰ ਇੰਨਾ ਨਹੀਂ ਕਿਤੇ ਆਪਾਂ ਸੁਣਿਆ ਵੀ ਨਾਨਕੀ ਬੱਚਾ ਗਿਆ ਤੇ ਇਕੱਲਾ ਆਪਦੀ ਮਾਂ ਤੋਂ ਬਿਨਾਂ ਇੰਨਾ ਟਾਈਮ ਲਾਇਆ ਜਾਂ ਭੂਆ ਕੋਲ ਗਏ ਸੀ ਆਪਦੇ ਭਤੀਜਾ ਭਤੀਜੀ ਨੂੰ ਉਹ ਲੈ ਕੇ ਗਏ ਉਹ ਇੰਨਾ ਟਾਈਮ ਲੈ ਕੇ ਗਏ ਉੱਥੇ ਲਾ ਕੇ ਗਏ ਬਸ ਇਸ ਲਈ ਵੀ ਹੁਣ ਇਹ ਦੁਨੀਆਦਾਰੀ ਆਈ ਪਿਆਰ ਮੋਹ ਘੱਟਦਾ ਬਹੁਤ ਜ਼ਿਆਦਾ ਤੇ ਨਨਾਣ ਭਰਜਾਈ ਦਾ ਜੇ ਤਾਂ ਰਲ ਕੇ ਕੰਮ ਕਰਨਗੇ ਤਾਂ ਉਹ ਓਨਾ ਹੀ ਵਧੀਆ ਹੋਊਗਾ ਤੇ ਜੇ ਉਹ ਕਈ ਵਾਰ ਕੀ ਹੁੰਦਾ ਨਾ ਵੀ ਆਪਣੇ ਰਿਸ਼ਤੇਦਾਰ ਆ ਜਾਂਦੇ ਆ ਹਨਾ ਭਰਜਾਈ ਦੇ ਰਿਸ਼ਤੇਦਾਰ ਆ ਗਏ ਤੇ ਨਨਾਣ ਕਹਿੰਦੀ ਮੈਂ ਕਿਉਂ ਕੰਮ ਕਰਾਵਾਂ ਤੇ ਜੇ ਨਨਾਣ ਦੇ ਰਿਸ਼ਤੇਦਾਰ ਆਏ ਤਾਂ ਭਰਜਾਈ ਕਹਿੰਦੀ ਮੈਂ ਕਿਉਂ ਕੰਮ ਕਰਾਂ ਤੇ ਪਰ ਜੇ ਰਲ ਕੇ ਕੰਮ ਕਰਨ ਤਾਂ ਕਿੰਨਾ ਵਧੀਆ ਰਿਸ਼ਤਾ ਇਹ ਜਿਹੜਾ ਆਪਣੇ 'ਚ ਮੋਹ ਪਿਆਰ ਵੀ ਵਧੇਗਾ ਤੇ ਜਿਹੜਾ ਆਪਣੇ 'ਚ ਖਟਾਸ ਵਾਲਾ ਰਿਸ਼ਤਾ ਹਨਾ ਉਹ ਵੀ ਚੱਲ ਹੋਊਗਾ ਤਾਂ ਉਹ ਕੋਈ ਓਨਾ ਮਾਇਨੇ ਨਹੀਂ ਰੱਖਦਾ ਜਿੰਨਾ ਪਿਆਰ ਵਾਲਾ ਰਿਸ਼ਤਾ ਮਾਇਨੇ ਰੱਖੂ ਜੇ ਆਪਾਂ ਨਨਾਣ ਨੂੰ ਜਿਵੇਂ ਦਿਨ ਸੋਤੇ ਹੁੰਦਾ ਰੱਖੜੀਆਂ ਹੋਊਗੀਆਂ ਸੌਣ ਹੋ ਗਿਆ ਕੋਈ ਵੀ ਤਿਉਹਾਰ ਹੋ ਗਿਆ ਜੇ ਆਪਾਂ ਖੁਸ਼ ਹੋ ਕੇ ਦਿੰਦੇ ਹਾਂ ਨਨਾਣ ਨੂੰ ਹਨਾ ਵੀ ਦੇਣਾ ਤਾਂ ਆਪਾਂ ਆਪਦੇ ਭਰਾ ਦੇ ਘਰੋਂ ਉਹਦੇ ਭਰਾ ਦੇ ਘਰੋਂ ਹੀ ਦੇਣਾ ਹੁੰਦਾ ਆਪਾਂ ਆਪਦੇ ਪੇਕਿਆਂ ਤੋਂ ਲਿਆ ਕੇ ਤਾਂ ਕੁਛ ਦੇਣਾ ਨਹੀਂ ਹੁੰਦਾ ਹਨਾ ਤੇ ਆਪਣੀ ਤਾਂ ਇੱਕ ਸਾਵਾਸ਼ ਹੁੰਦੀ ਹੈ ਅਗਲਾ ਕਹਿ ਦਿੰਦਾ ਭਰਜਾਈ ਕਿੰਨੀ ਚੰਗੀ ਹੈ ਜੀ ਹਨਾ ਵੀ ਆਪ ਇੰਨੇ 'ਚ ਆਪਣੇ ਮਾਂ ਪਿਓ ਦਾ ਵੀ ਨਾਮ ਉੱਚਾ ਹੁੰਦਾ ਤੇ ਆਪਣਾ ਵੀ ਹੁੰਦਾ ਜੇ ਆਪਾਂ ਕਹਿ ਦਈਏ ਵੀ ਅਸੀਂ ਆਹ ਚੀਜ਼ ਨਹੀਂ ਦੇਣੀ ਆਹ ਕੁਛ ਨਹੀਂ ਕਰਨਾ ਹੈ ਹਨਾ ਤੇ ਅਗਲਾ ਕਹਿ ਦਿੰਦਾ ਵੀ ਇਹਦੇ ਮਾਂ ਪਿਓ ਨੇ ਆਹ ਸਿੱਖਿਆ ਦੇ ਕੇ ਇਹਨੂੰ ਤੋਰੀਏ ਇਹਨੂੰ ਇੰਨੀ ਕੀ ਅਕਲ ਹੈ ਇਹਨੂੰ ਨਹੀਂ ਪਤਾ ਵੀ ਗਾਂਹ ਧੀਆਂ ਨੂੰ ਕਿਵੇਂ ਦੇਣਾ ਕਿਵੇਂ ਲੈਣਾ ਹਨਾ ਵੀ ਜਦੋਂ ਇਹਨੂੰ ਆਪਦੇ ਪੇਕਿਆਂ ਤੋਂ ਇੰਨੀ ਚੀਜ਼ ਆਉਂਦੀ ਹੈ ਵੀ ਦੇਣ ਵੇਲੇ ਇਹ ਐਂ ਕਿਉਂ ਕਰਦੀ ਹੈ ਫਿਰ ਹਨਾ ਤੇ ਇਹਦੇ ਵਿੱਚ ਸਭ ਤੋਂ ਵੱਡਾ ਤਾਂ ਹੁੰਦਾ ਨਾ ਇੱਕ ਮਾਂ ਦਾ ਰੋਲ ਹਨਾ ਸੱਸ ਦਾ ਰੋਲ ਹੋ ਗਿਆ ਵੀ ਸੱਸ ਆਪਣੀ ਜੇ ਚੰਗੀ ਆ ਹਨਾ ਤਾਂ ਉਹ ਆਪਣੇ ਨੂੰ ਪਤਾ ਲੱਗ ਜਾਂਦਾ ਇੱਕ ਨਨਾਣ ਤੋਂ ਇੱਕ ਹਨਾ ਉਹਦੇ ਘਰ ਵਾਲੇ ਤੋਂ ਪਤਾ ਲੱਗ ਜਾਂਦਾ ਵੀ ਉਹਦੀ ਸੱਸ ਦਾ ਸੁਭਾਅ ਕਿਹੋ ਜਿਹਾ ਹੋਊਗਾ ਹਨਾ ਜੇ ਉਹਦੇ ਵਿੱਚ ਉਹਦੀ ਨਨਾਣ ਦਾ ਸੁਭਾਅ ਕਿਹੋ ਜਿਹਾਗਾ ਉਹ ਉਹਦੇ ਭਰਾ ਤੋਂ ਪਤਾ ਲੱਗ ਜਾਂਦਾ ਹੈਗਾ ਜੇ ਆਪਣੀ ਮਾਂ ਚੰਗੀ ਆ ਹਨਾ ਆਪਣੀ ਸੱਸ ਚੰਗੀ ਆ ਤਾਂ ਆਪਾਂ ਨੂੰ ਇੱਕ ਧੀ ਵਾਂਗ ਹੀ ਰੱਖੂਗੀ ਤੇ ਜੇ ਆਪਣੀ ਸੱਸ ਹੀ ਇੰਨੀ ਹਨਾ ਮਤਲਬ ਨੋਕਾ ਟੋਕੀ ਵਾਲੀ ਹੋਈ ਤੇ ਉਹ ਆਪਾਂ ਨੂੰ ਆਪਦੀ ਧੀ ਵਾਂਗ ਕਿਵੇਂ ਰੱਖੂਗੀ ਜੀ ਤੇ ਜੇ ਹਨਾ ਆਪਾਂ ਮੰਨ ਲਓ ਕੋਈ ਆਪਣੇ ਘਰੇ ਰਿਸ਼ਤੇਦਾਰ ਆਇਆ ਹਨਾ ਆਪਾਂ ਉਹਦੇ ਵਾਸਤੇ ਖਾਤਰਦਾਰੀ ਕਰਦੇ ਹਾਂ ਤੇ ਜੇ ਉੱਥੇ ਆਪਾਂ ਹਨਾ ਨੋਕਾ ਟੋਕੀ ਕਰੀ ਗਏ ਤੇ ਉੱਥੇ ਆਪਣੇ ਉਹ ਤਾਂ ਕਹਿ ਦਿੰਦੇ ਆ ਹਨਾ ਵੀ ਇਹਦੇ ਮਾਂ ਪਿਓ ਨੇ ਕੀ ਸਿਖਾਇਆ ਇਹਨੂੰ ਹਨਾ ਤਾਂ ਉਸ ਟਾਈਮ ਤੇ ਆਪਣੇ ਮਾਂ ਬਾਪ ਦੀ ਪਰਖ ਹੋਣ
ਦੇਖੋ ਜਦੋਂ ਆਪਣੇ ਘਰੇ ਹਨਾ ਕੋਈ ਵਿਆਹ ਕੇ ਕੁੜੀ ਆਉਂਦੀ ਆ ਹਨਾ ਉਦੋਂ ਆਪਾਂ ਨੂੰ ਹੁੰਦਾ ਵੀ ਉਹ ਕੁੜੀ ਨੂੰ ਉਹਦੇ ਘਰ ਦੇ ਸਾਰਾ ਕੰਮ ਸਿਖਾ ਕੇ ਭੇਜਣ ਤੇ ਉਹ ਆਪਣੇ ਘਰੇ ਜਿਹੜਾ ਪ੍ਰੋਪਰ ਕੰਮ ਕਰੇ ਸਾਰਾ ਕੰਮ ਉਹਨੂੰ ਆਉਂਦਾ ਹੋਵੇ ਮਤਲਬ ਉਹਨੂੰ ਕਿਸੇ ਤੋਂ ਪੁੱਛਣ ਦੱਸਣ ਦੀ ਲੋੜ ਨਾ ਪਵੇ ਤੇ ਜੇ ਆਪਾਂ ਆਪਦੀ ਕੁੜੀ ਦਾ ਰਿਸ਼ਤਾ ਗਾਹ ਕਰਦੇ ਹਾਂ ਤਾਂ ਉੱਥੇ ਆਪਾਂ ਨੂੰ ਹੁੰਦਾ ਹਨਾ ਆਪਾਂ ਸਭ ਤੋਂ ਪਹਿਲਾਂ ਘਰ ਹੀ ਇਹੋ ਜਿਹਾ ਭਾਲਦੇ ਹਾਂ ਵੀ ਜਿੱਥੇ ਕੋਈ ਕੰਮ ਨਾ ਕਰਾਵਾਂਗੇ ਉੱਥੇ ਆਪਾਂ ਸਭ ਤੋਂ ਪਹਿਲਾਂ ਗੱਲ ਹੀ ਇਹ ਕਰਦੇ ਹੁੰਦੇ ਵੀ ਸਾਡੀ ਕੁੜੀ ਨੂੰ ਤਾਂ ਅਸੀਂ ਕੰਮ ਸਿਖਾਇਆ ਹੀ ਨਹੀਂ ਕਿਉਂਕਿ ਆਪਾਂ ਉਹਦੇ ਵਿੱਚ ਆਪਣੀ ਸ਼ਾਬਾਸ਼ੀ ਮੰਨਦੇ ਹਾਂ ਹਨਾ ਵੀ ਆਪਾਂ ਆਪਦੀ ਕੁੜੀ ਨੂੰ ਕੰਮ ਨਹੀਂ ਸਿਖਾਇਆ ਕੱਲੀ ਪੜ੍ਹਾਈ ਸਿਖਾਈ ਆ ਤੇ ਉੱਥੇ ਤਾਂ ਹਨਾ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਈ ਵਾਰੀ ਕੋਈ ਰਿਸ਼ਤੇਦਾਰ ਹੀ ਇਹੋ ਜਿਹਾ ਹੁੰਦਾ ਜਾਂ ਕੋਈ ਇਨਸਾਨ ਹੀ ਇਹੋ ਜਿਹਾ ਹੁੰਦਾ ਵੀ ਜਿਹੜਾ ਉੱਥੇ ਉਹਨੂੰ ਕੋਈ ਵੀ ਤਾਨਾ ਮਾਰ ਸਕਦਾ ਵੀ ਤੇਰੇ ਮਾਂ ਬਾਪ ਨੇ ਇਹ ਨਹੀਂ ਸਿਖਾਇਆ ਉੱਥੇ ਆਪਾਂ ਨੂੰ ਕਿੰਨਾ ਨੀਵਾਂ ਝੁਕਣਾ ਪੈਂਦਾ ਸਿਰਫ ਇਸ ਵਾਸਤੇ ਵੀ ਜਿਹੜਾ ਆਪਾਂ ਘਰੇ ਕੰਮ ਨਹੀਂ ਸਿੱਖਿਆ ਇੱਕ ਨਨਾਣ ਭਰਜਾਈ ਦੇ ਐਵੇਂ ਦਾ ਰਿਸ਼ਤਾ ਹੁੰਦਾ ਅਤੇ ਸਾਡੇ ਘਰ ਇੱਕ ਆਂਟੀ ਆਈ ਉਹ ਪਹਿਲਾਂ ਦੱਸਦੇ ਹੁੰਦੇ ਸੀ ਵੀ ਮੇਰੀ ਨਨਾਣ ਨੇ ਮੈਨੂੰ ਬਹੁਤ ਵੀ ਮਦਦ ਕੀਤੀ ਜਿਸ ਮੈਂ ਇਸ ਘਰ ਆਈ ਕਿਉਂਕਿ ਉਹਨਾਂ ਦੇ ਜਿਹੜੇ ਹਸਬੈਂਡ ਸੀ ਉਹ ਜੋਬ ਵਾਲੇ ਸੀਗੇ ਵੀ ਜੋਬ ਲੱਗੇ ਹੋਏ ਹੋਏ ਸੀ ਅਤੇ ਉਹ ਕਹਿੰਦੀ ਉਸ ਟਾਈਮ ਨਾ ਤਾਂ ਕੋਈ ਟੀ ਵੀ ਹੁੰਦਾ ਸੀ ਇੰਨਾ ਨਾ ਕੋਈ ਰੇਡੀਓ ਹੁੰਦਾ ਸੀ ਅਤੇ ਨਾ ਹੀ ਕੋਈ ਬਾਹਰ ਫਿਲਮਾਂ ਫੁਲਮਾਂ ਵੇਖਣ ਜਾਣਾ ਹੁੰਦਾ ਸੀ ਅਤੇ ਉਹਨੂੰ ਐਂ ਹੁੰਦਾ ਸੀ ਮੈਂ ਆਪਦੀ ਭਰਜਾਈ ਦਾ ਜੀ ਵੀ ਲਵਾ ਕੇ ਰੱਖਣਾ ਹੈ ਨਾ ਅਤੇ ਉਹਨੇ ਸ਼ਾਮ ਨੂੰ ਕਹਿ ਦੇਣਾ ਇੱਕ ਉਹਨਾਂ ਦੇ ਨੇੜੇ ਖੇਤ ਸੀ ਉਹਨੇ ਕਹਿ ਦੇਣਾ ਅਸੀਂ ਖੇਤ ਜਾਣਾ ਹੈ ਅਤੇ ਉਹਦੇ ਸਹੁਰਾ ਜੀ ਨੇ ਕਹਿ ਜਾਣਾ ਤੁਸੀਂ ਨਾਨ ਭਰਜਾਈ ਚਲੀਆਂ ਜਾਓ ਦੋਨੇ ਜਣਾ ਉੱਥੇ ਉੱਥੇ ਉਹਨਾਂ ਨੇ ਜਾਣਾ ਉਹਨਾਂ ਨੇ ਘੁੰਮ ਫਿਰ ਕੇ ਆਉਣਾ ਵਧੀਆ ਟਾਈਮ ਪਾਸ ਕਰਕੇ ਆਉਣਾ ਉੱਥੇ ਅਤੇ ਇੰਨੇ ਨਾਲ ਉਹਨੂੰ ਆਏ ਸੀ ਵੀ ਮੇਰੀ ਭਰਜਾਈ ਦਾ ਜੀ ਲੱਗਿਆ ਰਹੇ ਵੀ ਇਹਨੂੰ ਆਏ ਨਾ ਹੋਵੇ ਵੀ ਮੈਂ ਉੱਪਰ ਘਰੇ ਆਈ ਵੀ ਹਾਂ ਵੀ ਫੀਲ ਜਿਹਾ ਨਾ ਹੋਵੇ ਉਹ ਨਨਾਣ ਭਰਜਾਈ ਦਾ ਰਿਸ਼ਤੇ ਹੀ ਐਵੇਂ ਹੈ ਨਾ ਇੱਕ ਪਿਆਰ ਮੁਹੱਬਤ ਵਾਲਾ ਸਹੇਲੀਆਂ ਵਾਲਾ ਤੇ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਜੇ ਆਪਾਂ ਸਿੱਖਾਂਗੇ ਹਨਾ ਤੇ ਆਪਾਂ ਅੱਗੇ ਵਧੀਆ ਆਪਾਂ ਆਪਦੇ ਕੰਮ ਕਰ ਸਕਦੇ ਹਾਂ ਤੇ ਜੇ ਆਪਾਂ ਸਿੱਖਿਆ ਨਾ ਹੋਊਗਾ ਤੇ ਫਿਰ ਆਪਾਂ ਨੂੰ ਆਪ ਨੂੰ ਹੀ ਅਖਿਆਈ ਹੋਊਗੀ ਵੀ ਆਪਾਂ ਕੰਮ ਨਹੀਂ ਸਿੱਖਿਆ ਹੈਗਾ ਜੇ ਆਪਾਂ ਨੂੰ ਕਿਤੇ ਇਕੱਲਿਆਂ ਨੂੰ ਕਰਨਾ ਪੈ ਜੇ ਤਾਂ ਨਾਲੇ ਆਪਾਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਕੀ ਸਿਖਾਵਾਂਗੇ ਜੇ ਕੁਛ ਆਪਾਂ ਨੂੰ ਨਾ ਆਉਂਦਾ ਹੋਊਗਾ ਹਨਾ ਮੋਹ ਪਿਆਰ ਦੀਆਂ ਗੱਲਾਂ ਭੈਣ ਭਰਾਵਾਂ ਦੀਆਂ ਗੱਲਾਂ ਭਰਾ ਭਰਜਾਈਆਂ ਦੀਆਂ ਗੱਲਾਂ ਆਪਾਂ ਬੱਚਿਆਂ ਨੂੰ ਫੇਰ ਹੀ ਸਿੱਖਿਆ ਦੇਵਾਂਗੇ ਜੇ ਕੁਛ ਤੇ ਆਪਾਂ ਆਪ ਰਿਸ਼ਤੇ ਚੰਗੀ ਤਰ੍ਹਾਂ ਨਿਭਾਵਾਂਗੇ ਤਾਂ ਭੈਣੇ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਆਪਦਾ ਵਕਤ ਸਾਂਝਾ ਕੀਤਾ ਤੁਹਾਡਾ ਬਹੁਤ ਬਹੁਤ ਤੁਸੀਂ ਦੇਖ ਰਹੇ ਸੀ ਵਿਰਾਸਤ ਟੀਵੀ ਤੇ ਸਾਡਾ ਖਾਸ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਦੇਸੀ ਗੱਲਾਂ ਜੇਕਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਤਾਂ ਵਿਰਾਸਤ ਮੀਡੀਆ ਕੈਨੇਡਾ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਅਪਡੇਟਸ ਲਈ ਫੇਸਬੁੱਕ ਪੇਜ ਫੋਲੋ ਕਰ ਸਕਦੇ ਹੋ ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ ਸਾਡੀ ਵਿਰਾਸਤ ਸਾਡੀ ਪਹਿਚਾਣ